ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਰੋਪੜ। ਦੋਸਤੋ ਦੱਸਣਾ ਚਾਹੁੰਦਾ ਕਿ ਰੋਪੜ ਪੁਲਿਸ ਨੂੰ ਮਿਲੀ ਆ ਬਹੁਤ ਵੱਡੀ ਕਾਮਯਾਬੀ। ਉਹਨਾਂ ਨੇ ਇੱਕ ਪਹਿਲਵਾਨ ਗਰੁੱਪ ਦੇ 3 ਗੈਂਗਸਟਰਾਂ ਨੂੰ ਪੁਲਿਸ ਨੇ ਬੜੀ ਹੀ ਸ਼ਿੱਦਤ ਦੇ ਨਾਲ, ਬੜੀ ਮਿਹਨਤ ਮੁਸ਼ੱਕਤ ਦੇ ਨਾਲ ਔਰ ਕਾਫੀ ਦੇਰ ਤੋਂ ਇਹਨਾਂ ਇਸ ਗਰੁੱਪ ਦੀ, ਇਸ ਗੈਂਗਸਟਰਾਂ ਦੀ ਤਲਾਸ਼ ਵਿੱਚ ਸੀ ਰੋਪੜ ਪੁਲਿਸ। ਆਖਿਰਕਾਰ ਉਹਨਾਂ ਨੂੰ ਦਬੋਚ ਲਿਆ। ਕੀ ਹੈ ਪੂਰੀ ਖਬਰ ਔਰ ਉਹਨਾਂ ਕੋਲੋਂ ਕੀ ਬਰਾਮਦ ਕੀਤਾ ਗਿਆ, ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਰੋਪੜ ਤੋਂ ਜਸਵੀਰ ਸੈਣੀ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਅਪਡੇਟ। ਜਸਵੀਰ ਜੀ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਤੁਹਾਡੇ ਕੋਲ? ਜੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਜਾਣਕਾਰੀ ਤਾਂ ਇਹੀ ਹੈ ਕਿ ਅੱਜ ਰੋਪੜ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਕੀਤੀ ਰੋਪੜ ਪੁਲਿਸ ਨੇ ਜੀ। ਤੇ ਇਹ ਜਿਹੜੇ ਗੈਂਗਸਟਰ 3 ਗੈਂਗਸਟਰ ਸੀਗੇ ਜੀ, ਇਹ ਤਕਰੀਬਨ ਜਿਹੜੇ ਯਾਨੀ ਕਿ ਰੋਡ ਦੇ ਉੱਤੇ ਠੇਕੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਜਾਂ ਰੋਡਾਂ ਦੇ ਉੱਤੇ ਠੇਕੇ ਸੀਗੇ, ਉਹਨਾਂ ਨੂੰ ਵਾਰਦਾਤ ਦਿੰਦੇ ਸੀਗੇ, ਉੱਥੋਂ ਲੁੱਟ ਖੋਹ ਜ਼ਿਆਦਾ ਕਰਦੇ ਸੀਗੇ। ਇਹਨਾਂ ਦਾ ਹੋਰ ਕੋਈ ਮਾਮਲਾ ਏਦਾਂ ਦਾ ਨਜ਼ਰ ਨਹੀਂ ਆ ਰਿਹਾ। ਤੇ ਇਹ ਜਿਹੜੇ ਜਿੰਨੇ ਵੀ ਲੁੱਟਾਂ ਖੋਹਦੇ ਸੀਗੇ ਰੋਪੜ ਦੇ ਵਿੱਚ ਦੇ ਚਮਕੌਰ ਸਾਹਿਬ ਦੇ ਲਾਗੇ ਤਾਂ ਕਿ ਜਿੰਨੇ ਵੀ ਠੇਕੇ ਲੁੱਟੇ ਇਹਨਾਂ ਨੇ ਹੁਣ ਤੱਕ 3-4 ਸਾਲਾਂ ਦੇ ਵਿੱਚ, ਇਹ ਸਾਰੀ ਗੈਂਗ ਇਹ ਚੱਲਦਾ ਸੀਗਾ। ਇਹਨਾਂ ਕੋਲ ਤਿੰਨ ਇਨਸਾਨ ਨੇ ਜਿਹਨਾਂ ਦੇ ਕੋਲੋਂ ਦੇਸੀ ਕੱਟੇ ਜੋ ਕਿ ਮੇਰਠ ਦੇ ਵਿੱਚੋਂ ਮੇਰਠ 'ਚ ਬਣਦੇ ਆ, ਉਹਨਾਂ ਦੇ ਉੱਪਰ ਜਿਹੜਾ ਨਾਮ ਵੀ ਲਿਖਾ ਉਹ USA ਜਾਂ ਹੋਰ ਮਾਰਕ ਬਾਹਰ ਦੀ ਕੰਪਨੀ ਦੇ ਨਾਮ ਦਿੱਤੇ ਹੋਏ ਆ। ਤੇ ਜਿਹਦੇ ਵਿੱਚ ਕੁਝ ਨੌਜਵਾਨ ਆ, ਕੁਝ ISIST ਕਾਲਜ ਦਾ ਮਤਲਬ ਨੌਜਵਾਨ ਹੈ, ਇਹ ਪੜ੍ਹਾਉਣ ਵੀ ਰਿਹਾ, ਪੜ੍ਹਦੇ ਵੀ ਰਹੇ ਪਹਿਲਾਂ ਬੱਚੇ। ਤੇ ਕਹਿਣ ਦਾ ਮਕਸਦ ਹੈ ਇਹਨਾਂ ਨੇ ਕਾਫੀ ਦੇਰ ਤੋਂ, ਪੁਲਿਸ ਇਹਨਾਂ ਦੇ ਮਗਰ ਲੱਗੀ ਹੋਈ ਸੀਗੀ, ਇਹ ਕਾਫੀ ਦੇਰ ਤੋਂ ਲੁੱਟਾਂ ਖੋਹਾਂ ਦੇ ਵਿੱਚ ਮਤਲਬ ਕਾਮਯਾਬ ਹੁੰਦੇ ਰਹੇ। ਸੈਣੀ ਸਾਹਿਬ, ਪਹਿਲਵਾਨ ਸ਼ਬਦ ਇਹਨਾਂ 'ਚ ਕਿੱਥੋਂ ਰਲ ਗਿਆ, ਪਹਿਲਵਾਨ ਗਰੁੱਪ ਦੇ? ਤੇ ਹੁਣ ਇਹਦਾ ਪਹਿਲਵਾਨ, ਇਹਨਾਂ ਨੇ ਆਪਣਾ ਗਰੁੱਪ ਦਾ ਨਾਮ ਰੱਖਿਆ ਹੋਇਆ ਸੀਗਾ ਪਹਿਲਵਾਨ ਗਰੁੱਪ ਜੀ। ਤੇ ਜਿਹਦੇ ਵਿੱਚੋਂ ਇਹ ਜਿਹੜੀਆਂ ਹਰਕਤਾਂ ਕਰਦੇ ਸੀਗੇ 2 ਸਾਲ ਦੇ, ਇਹ ਪੁਲਿਸ ਇਹਨਾਂ ਨੂੰ ਕੁਛ ਸ਼ੂ ਮਿਲਣ ਦੇ ਵਿੱਚ ਇਹਨਾਂ ਨੇ ਕਈ ਦਿਨ ਤੋਂ ਪੁਲਿਸ ਦੇ ਪਿੱਛੇ ਲੱਗੀ ਹੋਈ ਸੀਗੀ। ਤੇ ਇਹ ਰੋਪੜ ਦੇ ਵਿੱਚ ਜਦੋਂ ਇਹ ਕ੍ਰੋਸ ਕਰਨ ਲੱਗੇ ਸੀਗੇ ਮੋਟਰਸਾਈਕਲ ਤੇ ਆਏ ਸੀਗੇ, ਤੇ ਪੁਲਿਸ ਨੇ ਇਹਨਾਂ ਨੂੰ ਉੱਥੋਂ ਹੀ ਦਬੋਚਿਆ ਜਦੋਂ ਕਿ ਇਹਨਾਂ ਨੂੰ ਪਤਾ ਲੱਗਾ ਸੀਗਾ ਵੀ ਇਹ ਫਲਾਣੇ ਇਹ ਗਰੋਹ ਦੇ ਇਨਸਾਨ ਨੇ ਸ਼ੂ ਮਿਲਣ ਤੇ ਇਹਨਾਂ ਨੂੰ ਕਬਜ਼ੇ ਦੇ ਅਰੈਸਟ ਵਿੱਚ ਲਿਆ ਸੀਗਾ ਜੀ। ਲੇਕਿਨ ਗੁਪਤ ਸੂਚਨਾ ਦੇ ਆਧਾਰ ਤੇ ਸਾਰੀ ਕਾਰਵਾਈ ਕੀਤੀ ਗਈ ਇਹ ਕਿ ਰੂਟੀਨ ਦੀ ਚੈੱਕਅਪ ਸੀ ਪੁਲਿਸ ਦੀ? ਨਹੀਂ ਜੀ, ਨਹੀਂ, ਗੁਪਤ ਸੂਚਨਾ ਦੇ ਆਧਾਰ ਤੇ SSP ਨੇ ਬੜੀ ਬੜੀ ਉਹਨਾਂ ਨੇ ਕੀਤਾ ਵੀ ਇਸ ਗਰੁੱਪ ਨੂੰ ਕਿਆ ਮਤਲਬ ਫੇਲ ਕਰਨ ਦੇ ਲਈ ਅਸੀਂ ਬਹੁਤ ਮੁਸ਼ਕਤ ਕੀਤੀ ਆ, ਬਹੁਤ ਮਿਹਨਤ ਕਰਨੀ ਪਈ। SSP ਦੇ ਖੁਦ ਵੱਲ ਸੀਗੇ ਵੀ ਇਸ ਗਰੁੱਪ ਨੂੰ ਅਸੀਂ ਬਹੁਤ ਔਖਾ ਕਾਬੂ ਕੀਤਾ ਹੈ। ਤੇ ਕੁਝ ਇੱਕ ਇਸੇ ਗਰੁੱਪ ਦੇ ਇਨਸਾਨ ਕੁਝ ਬਾਹਰਲੇ ਮੁਲਕ 'ਚ ਵੀ ਜਾ ਚੁੱਕੇ ਨੇ ਜੀ। ਇਹ ਜਿਹੜਾ ਗਰੋਹ ਹੈ ਇਹ ਕਈ ਇਲਾਕਿਆਂ ਦੇ ਵਿੱਚ ਵੱਡਾ ਹੋਇਆ ਸੀਗਾ ਜੀ, ਤੇ ਵੱਡਾ ਇੱਕ ਨਾਮੀ ਗਰੋਹ ਸੀਗਾ ਜੀ ਜਿਹਨਾਂ ਕੋਲੋਂ 3 ਦੇਸੀ ਕੱਟੇ ਵੀ ਫੜੇ ਗਏ। ਮਿਹਰਬਾਨੀ। ਔਰ ਦੋਸਤੋ, ਪੁਲਿਸ ਆਫਿਸਰ ਦੇ ਨਾਲ ਗੱਲਬਾਤ ਕੀਤੀ ਹੈ, ਕੀ ਗੱਲਬਾਤ ਕੀਤੀ ਹੈ ਤੁਸੀਂ ਵੀ ਸੁਣ ਸਕਦੇ ਹੋ। ਸਟੂਡੈਂਟ ਪੋਲੀਟਿਕਸ 'ਚ ਵੀ ਐਕਟਿਵ ਹੈ, ਕਾਂਤੀ ਗਰੁੱਪ ਦੇ ਐਂਟੀ ਹੈ, ਇਹਨਾਂ ਦੇ ਆਪਸ 'ਚ ਲੜਾਈ ਝਗੜੇ ਵੀ ਹੈ। ਇਹਨਾਂ ਨੇ ਪਿਛਲੇ ਸਾਲ 5 ਵਾਰਦਾਤਾਂ 1 ਮਹੀਨੇ 'ਚ ਕਰ ਲਈਆਂ ਸੀਗੀਆਂ ਰੋਪੜ 'ਚ, ਸਰਹਿੰਦ 'ਚ, ਫਤਿਹਗੜ੍ਹ ਸਾਹਿਬ 'ਚ ਅਤੇ ਖੰਨਾ 'ਚ। ਅਤੇ ਇਹਨਾਂ ਨੇ ਠੇਕੇ ਲੁੱਟੇ ਸੀਗੇ ਅਤੇ ਇਹਨਾਂ ਨੂੰ ਅਪ੍ਰੀਹੈਂਡ ਕੀਤਾ ਗਿਆ। ਕੀ ਇਹਨਾਂ ਤੋਂ ਰਿਕਵਰ ਹੋਏ? ਇੱਕ ਤਾਂ 4 ਇਹਨਾਂ ਦੇ ਕੋਲ ਵੈਪਨ ਰਿਕਵਰ ਹੋਏ ਹੈ ਜਿਹੜੇ UP ਤੋਂ ਲੈ ਕੇ ਆਏ ਹੈ, ਅਤੇ 22 ਲਾਈਵ ਬੁਲੇਟਸ ਰਿਕਵਰ ਹੋਏ। ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੰਦੇ ਸੀ? ਵਾਰਦਾਤ ਮੋਟਰਸਾਈਕਲ 'ਤੇ ਜਾਂਦੇ ਸੀਗੇ, ਕਈ ਵਾਰ ਚੋਰੀ ਦੇ ਮੋਟਰਸਾਈਕਲ ਹੁੰਦੇ ਸੀਗੇ, ਸਨੈਚਡ ਮੋਟਰਸਾਈਕਲ। 2 ਦੇ ਗਰੁੱਪ 'ਚ, 4 ਦੇ ਗਰੁੱਪ 'ਚ, ਅਤੇ ਰਾਤ ਨੂੰ ਵਾਰਦਾਤ ਕਰਦੇ ਸੀਗੇ ਬੈਕ ਟੂ ਬੈਕ। ਇੱਕ ਠੇਕਾ ਲੁੱਟਿਆ, ਫਿਰ ਥੋੜ੍ਹੀ ਦੂਰ ਹੋਰ ਗਏ, 10-15-20 ਕਿਲੋਮੀਟਰ ਗਏ ਪਿੰਡਾਂ ਪਿੰਡਾਂ 'ਚ, ਦੂਜਾ ਲੁੱਟਿਆ ਅਤੇ ਚਲੇ ਜਾਂਦੇ ਸੀ। ਕ੍ਰਾਈਮ ਦਾ ਕੀ ਇਹਨਾਂ ਸੀਗਾ, ਮਤਲਬ ਕੀ ਕ੍ਰਾਈਮ ਕਰਦੇ ਸੀਗੇ ਜੀ, ਮੇਨ ਉਹ ਕਲੀਅਰ ਕਰਿਓ। ਕ੍ਰਾਈਮ ਤਾਂ ਇਹਨਾਂ ਦਾ ਨਹੀਂ ਸੀਗਾ ਨਾ। ਸਰ, ਨੀਲ ਕਮਲ ਅਤੇ ਜਿਹੜਾ ਹੈਗਾ ਵਿਸ਼ਾਲ ਦਾ ਕੀ ਬੈਕਗ੍ਰਾਊਂਡ ਕੀ ਇਹਨਾਂ ਦਾ? ਬੈਕਗ੍ਰਾਊਂਡ ਦੋਨੋਂ ਸਟੂਡੈਂਟਸ ਹੈ। ਵਿਸ਼ਾਲ ਜਿਹੜਾ ਹੈਗਾ ਉਹ ਰਿਮਿਟ ਇੱਕ ਕਾਲਜ ਹੈ ਮੰਡੀ ਗੋਬਿੰਦਗੜ੍ਹ 'ਚ, ਉਹਦਾ ਪ੍ਰੈਜ਼ੀਡੈਂਟ ਵੀ ਰਿਹਾ। ਅਤੇ ਨੀਲ ਕਮਲ ਹੈ ਉਰਫ ਬਿੱਲਾ, ਇਹ ਜਿਹੜਾ ਹੈ ਨੈਸ਼ਨਲ ਲੈਵਲ ਵੇਟ ਲਿਫਟਰ ਵੀ ਹੈ। ਲੇਟੈਸਟ ਤਾਂ ਆਪਾਂ ਇੱਕ ਪਰਚਾ ਦਿੱਤਾ ਇੱਥੇ, ਤਾਂ ਪੁਰਾਣੇ ਜਿਹੜੇ ਇਹਨਾਂ ਦੇ 5 ਪਰਚੇ ਅਲੱਗ ਅਲੱਗ ਜ਼ਿਲ੍ਹਿਆਂ 'ਚ ਲਿਸਟ ਪਾਵਾਂਗੇ, ਇੰਟਰੋਗੇਟ ਕਰਾਂਗੇ। ਸਰ, ਜਿਹੜੇ ਹਥਿਆਰ ਬਰਾਮਦ ਹੋਏ ਆ ਇਹ ਕਿੱਥੋਂ ਦੇ ਆ, ਅਤੇ ਇਹਦੇ 'ਚ ਵੀ ਮੇਰਠ ਤੋਂ ਇਹਨਾਂ ਦਾ ਇੱਕ ਲਿੰਕ ਹੈ, ਕੰਟੈਕਟ ਮੇਰਠ ਤੋਂ ਲੈ ਕੇ ਆਏ ਹਾਂ।
ਤੇ ਜਿਹੜੇ ਪੁਰਾਣੇ ਪਰਚੇ ਉਹ ਕਿਹੜੀਆਂ ਧਾਰਾਵਾਂ ਦੇ ਲੁਟਕੋ ਦੇ ਆਮ ਰੋਪੜ 'ਚ ਇਹਨਾਂ ਨੇ 10 ਨਵੰਬਰ ਨੂੰ 2 ਠੇਕੇ ਲੁੱਟੇ ਸੀ। ਇੱਕ ਸੀਗਾ ਸੰਧਵਾ ਅਤੇ ਦੂਜਾ ਪਥਰੇੜੀ ਚੱਕਾ। ਕਿੰਨੀ ਕੁ ਲੁੱਟ ਹੋਈ ਸੀ ਉੱਥੇ ਇਹ ਕਨਫਰਮ ਕਰ ਰਹੇ ਕਿਉਂਕਿ ਇਹ ਕੁਛ ਹੋਰ ਦੱਸ ਰਹੇ ਜਿਹੜੇ ਕੰਪਲੇਂਟ ਸੀਗੇ ਉਹਨਾਂ ਨੇ ਕੁਛ ਅਲੱਗ ਫਿਗਰ ਦਿਖਾਇਆ ਸੀਗਾ ਅਤੇ ਕਨਫਰਮ ਕਰਨ ਦੀ ਹੋਰ ਅੱਗੇ ਕੀ ਖੁਲਾਸੇ ਹੋਣ ਦੀ ਸੰਭਾਵਨਾ ਜਿਹਦੇ 'ਚ ਕੱਲ੍ਹ ਤੱਕ ਦੱਸਣ। ਸੋ ਦੋਸਤੋ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਰੋਪੜ ਪੁਲਿਸ ਨੂੰ ਮਿਲੀ ਆ ਬਹੁਤ ਵੱਡੀ ਕਾਮਯਾਬੀ। ਉਹਨਾਂ ਨੇ ਇੱਕ ਅਜਿਹੇ ਗਰੋਹ ਦਾ ਪਰਦਾ ਫਾਸ਼ ਕੀਤਾ ਔਰ ਉਸਦੇ 3 ਮੈਂਬਰ, ਜਿਸ ਗਰੁੱਪ ਦਾ ਨਾਮ ਸੀ ਪਹਿਲਵਾਨ ਗਰੁੱਪ, ਉਸਦੇ 3 ਮਤਲਬ ਗੈਂਗਸਟਰਾਂ ਨੂੰ ਪੁਲਿਸ ਨੇ ਪਕੜ ਲਿਆ ਹੈ। ਪੁੱਛਗਿੱਛ ਕਰਨਗੇ, ਆਉਣ ਵਾਲੇ ਦਿਨਾਂ 'ਚ ਕੀ ਖੁਲਾਸਾ ਹੁੰਦਾ ਇਸ 'ਤੇ ਸਾਡੀ ਨਜ਼ਰ ਹੈ।